वाहे खालसा वाहे फतेह। अज की इस उपलक्ष तुहाडे घर प्रभात फेरी आई है। अज की उपलक्ष हैगा गुरु नानक जयंती है। अच्छा के तुसी हर साल बुलांदे हो? लोखंड वाला इच तुसी बीबिया नू के संदेश देना चाहते हो? जेडे बीबिया नहीं आंदिया गुरु दे नाल नहीं जुड़िया ने उन्हां नू की कहना चाहते हो? अच्छा सारे नाल जुड़न। अच्छा गुरु नानक देव जी ने फरमाया सी सो क्यों मंदा आखे जित जम्मे राजन, ओदे बारे च की बोलना चाहोगे? स्त्रियां नू अज असी स्त्रियां साडी किथे खड़िया ने, साडी स्त्रियां किथे खड़िया ने? तुसी सटिस्फाइड हो कि साडी स्त्रियां नू आजादी हैगी है? गवर्नमेंट को चाहते हो आजादी? गवर्नमेंट को भी ते वैसे अपने रिलीजन विच भी सारे मतलब कि अगे होन अगे वधन उन्हां नूं। अच्छा ते इस्त्री दी शिक्षा जिहड़ी साडे धर्म विच नहीं दित्ती जा रही, असीं स्टॉल लगा रहे हां उहदे बारे तुसीं कहो के कहोगे? लखों रुपए असीं खर्च कर रहे हां, साडे बच्चे अनपढ़ गवार ने और बच्चियां दे पेट नहीं भरे, साडे गुरसिख ही बहुत गरीबड़े ने, वाहिगुरु मैनूं माफ करे, बहुत जरूरतमंद ने, गरीब ते सब असीं हैगे हां, ते उहदे बारे च की कहोगे? जो स्टॉल तुसीं इन्ने इन्ने लगाए उन्हें लखों रुपए दे, ते उहदे बारे तुसीं की कहोगे? सानू स्टॉल लगाना चाहिदा है, पूरा ध्यान रखना चाहिदा, स्टॉल ही सानू करना चाहिदा है सानू लेडीज नू बच्चियां नू स्पेशली। अच्छा एजुकेशन ते सानू नहीं लगदा सुरजीत भरजाई जी, सुरजीत कौर जी, सानू नहीं लगदा कि एजुकेशन ते सानू खर्चा करना चाहिदा है? बिल्कुल जी, गरीबां दी मदद करनी चाहिदी, जेहड़े सिख परिवार ने, जेहड़े सिख परिवार गरीब ने उन्हां दी मदद करनी चाहिदी, उन्हां दी पढ़ाईयां ते भी मदद करनी चाहिदी है उन्हां ते। असीं सड़कां ते वेला लंगर लगा रहे हां, ते सड़कां ते वेला लंगर लगा रहे तो उन्हूं बंद करना चाहिदा ना? क्योंकि जिन्हूं बंद भी नहीं करना चाहिदा, क्योंकि कई लोग इस तरह जेहड़े मतलब ओहदे सहारे भी सवेरे उठ के 4 बजे 5 बजे आ जांदे। अच्छा पर इन्ना शो ऑफ नहीं करना, शो ऑफ नहीं करना चाहिदा। गुरुपुरब दी लख लख वधाई होवे, वाहेगुरु जी का खालसा वाहेगुरु फतेह। एक एक गड्डी खड़ी करेंगे।
Thank you.
ਫਤਿਹ। ਤੁਸੀਂ ਅੱਜ ਕਿਸ ਉਪਲਕਸ਼ ਵਿੱਚ ਤੁਹਾਡੇ ਘਰ ਚਰਨ ਪਾਏ ਨੇ ਪ੍ਰਭਾਤ ਫੇਰੀ ਨੇ? ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਤੇ ਪ੍ਰਭਾਤ ਫੇਰੀ ਜਿਹੜੀਆਂ ਨੇ ਉਹ ਕਾਰਜਕ੍ਰਮ ਸ਼ੁਰੂ ਹੋ ਚੁੱਕਾ ਤੇ ਅੱਜ ਦਾ ਦਿਹਾੜਾ ਸਾਡੀ ਬਿਲਡਿੰਗ ਵਿੱਚ। ਆਪ ਜੀ ਬਿਲਡਿੰਗ ਦਾ ਨਾਮ ਦੱਸੋਗੇ? ਬਿਲਡਿੰਗ ਦਾ ਨਾਮ ਚੰਨਾ ਟਾਵਰ ਵਿੱਚ ਅਸੀਂ ਸੰਗਤ ਨੇ ਮਿਲ ਕੇ ਇਨਵਾਈਟ ਕੀਤਾ ਤੇ ਪ੍ਰਭਾਤ ਫੇਰੀ ਦੇ ਬੰਗਲੋ ਤੇ ਉਹ ਸੰਗਤ ਦੇ ਚਰਨ ਪਾਏ ਨੇ ਸਾਡੇ ਸੰਤ ਪਾਤ ਨੇ। ਅੱਛਾ ਜੀ, ਇਹ ਜਿਹੜੇ ਮੁੰਬਈ ਤੋਂ ਬਾਹਰ ਲੋਕ ਨੇ ਉਹਨਾਂ ਨੂੰ ਜਦੋਂ ਐਡਰੈਸ ਦੱਸੋ ਕਿਹੜੀ ਜਗ੍ਹਾ ਹੈ? ਇਹ ਜੀ ਮੁੰਬਈ ਦਾ ਇੱਕ ਮੇਨ ਏਰੀਆ ਅੰਧੇਰੀ ਵੈਸਟ। ਅੱਛਾ ਜੀ, ਵੈਸਟ ਵਿੱਚ ਕੰਪਲੈਕਸ ਹੈ ਲੋਖੰਡ ਵਾਲਾ ਕੰਪਲੈਕਸ। ਅੱਛਾ ਜੀ, ਲੋਖੰਡ ਵਾਲਾ ਕੰਪਲੈਕਸ ਬੜਾ ਅੱਛਾ ਪੋਸ਼ ਏਰੀਆ ਹੈ। ਇਸ ਏਰੀਏ ਦੇ ਵਿੱਚ ਅਸੀਂ ਸਟੈਲਰ ਟਾਵਰ ਔਰ ਸਟੈਲਰ ਬੰਗਲੋ ਦੇ ਵਿੱਚ ਰਹਿੰਦੇ ਹਾਂ। ਇਹ ਹਰ ਸਾਲ ਤੁਸੀਂ ਬੁਲਾਉਂਦੇ ਹੋ? ਹਰ ਸਾਲ ਨਹੀਂ ਬੁਲਾਈ ਦੀ, ਵੈਸੇ ਪਿੱਛੇ ਕੋਵਿਡ ਸੀ, ਕੋਵਿਡ ਕਰਕੇ ਥੋੜਾ ਕੋਵਿਡ ਕਰਕੇ ਸਾਰੀ ਦੁਨੀਆ ਹੀ ਰੁਕ ਗਈ। ਕੋਈ ਸੀ ਕੋਸ਼ਿਸ਼ ਹੁੰਦੀ ਹੈ ਕਿ ਵਾਹਿਗੁਰੂ ਸਭ ਦੇ ਚਰਨ ਪਵਾਏ ਸੰਗਤ ਦੇ ਤੇ ਅਸੀਂ ਬਹੁਤ ਸੰਤੋਖ ਹੋ। ਹਾਂਜੀ, ਆਪ ਵੀ ਕੀ ਕਹਿਣਾ ਚਾਹੋਗੇ ਕਿ ਅਸੀਂ ਜੋ ਖਰੇ ਉਤਰ ਰਹੇ ਹਾਂ, ਅਸੀਂ ਜੋ ਅੱਜ ਸਿੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਸੂਲ ਬਖਸ਼ੇ ਸੀ ਕਿ ਅੱਜ ਅਸੀਂ ਉੱਤੇ ਖਰੇ ਉਤਰ ਰਹੇ ਹਾਂ? ਹਾਂਜੀ, ਅਸੀਂ ਬਿਲਕੁਲ ਖਰੇ ਉਤਰ ਰਹੇ ਹਾਂ। ਸਾਰੀ ਸੰਗਤ ਮਿਲ ਕੇ ਇਸ ਚੀਜ਼ ਨੂੰ ਪ੍ਰੂਵ ਕਰ ਰਹੀ ਹੈ ਕਿ ਸਾਰੇ ਖਰੇ ਉਤਰ ਰਹੇ ਹਾਂ ਔਰ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਰੀ ਸੰਗਤ ਦਾ ਸਾਡੀ ਬਿਲਡਿੰਗ ਵਿੱਚ ਵੈਲਕਮ ਕੀਤਾ। ਨਹੀਂ, ਮੈਂ ਬਿਲਡਿੰਗ ਤੋਂ ਬਾਹਰ ਦੀ ਗੱਲ ਕਰ ਰਹੀ ਹਾਂ ਕਿ ਸਾਡਾ ਅੱਜ ਸਿੱਖ ਸਮਾਜ ਆਪਣੇ ਬੱਚਿਆਂ ਦਾ ਪੇਟ ਭਰ ਪਾ ਰਿਹਾ, ਐਜੂਕੇਸ਼ਨ ਦੇ ਪਾ ਰਿਹਾ। ਹਾਂਜੀ, ਦੇ ਪਾ ਰਿਹਾ। ਕਿਸ ਰੂਪ ਵਿੱਚ ਤੁਸੀਂ ਇੱਕ ਪਰਸਨਲ, ਮੈਂ ਤੁਹਾਡੇ ਨਾਲ ਸਿੰਘ ਸਾਹਿਬ ਪੁੱਛਣਾ ਚਾਹਾਂਗੀ, ਤੁਸੀਂ ਕਿਸ ਰੂਪ ਵਿੱਚ ਆਪਣਾ ਸਹਿਯੋਗ ਕਰਦੇ ਹੋ ਆਪਣੇ ਸੰਗਤਾਂ ਨੂੰ, ਆਪਣੇ ਕੌਮ ਨੂੰ ਅੱਗੇ ਵਧਾਉਣ ਵਾਸਤੇ? ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਕੌਮ ਜੋ ਹੈ ਅਨਐਜੂਕੇਟਿਡ ਹੈਗੀ ਹੈ? ਐਜੂਕੇਸ਼ਨ ਲੈਵਲ ਉਹਨਾਂ ਨੇ ਜਿੰਨਾ ਹੋਣਾ ਚਾਹੀਦਾ ਹੈ, ਲੇਕਿਨ ਲੋਕ ਲੱਗੇ ਹੋਏ ਨੇ ਅੱਜ ਜਿਸ ਤਰੀਕੇ ਜੇ ਯੰਗ ਜਨਰੇਸ਼ਨ ਹੈ ਸਾਰੇ ਪੜ੍ਹਾਈ ਲਿਖਾਈ ਕਰ ਰਹੇ ਨੇ ਔਰ ਪੜ੍ਹਾਈ ਦਾ ਪਰਸੈਂਟੇਜ ਵੱਧ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਸੜਕਾਂ 'ਤੇ ਜਿਹੜੇ ਸਟਾਲ ਲਗਾਉਂਦੇ ਹਾਂ ਉਹਨੂੰ ਬੰਦ ਕਰਨਾ ਚਾਹੀਦਾ? ਹੋਰ ਗੁਰੂ ਦਰਬਾਰ ਸਾਹਿਬ ਜੋ ਇੱਕ ਰੁਮਾਲਾ ਸਾਹਿਬ ਅਥਾ ਰੁਮਾਲਾ ਸਾਹਿਬ ਨੇ, ਕਿਉਂਕਿ ਤੋਹੀ ਮੋਹੀ ਚੈਨਲ ਜਾਂਦਾ ਰਹਿੰਦਾ ਹੈ ਤੇ ਪਿਛਲੇ ਸਾਲ ਗਿਆ ਸੀ ਤੇ ਪੂਰੇ ਮਤਲਬ ਹਾਲ ਦੇ ਹਾਲ ਭਰੇ ਨੇ ਔਰ ਉੱਤੇ ਜਾਲੇ ਲੱਗੇ ਨੇ। ਤੁਹਾਨੂੰ ਨਹੀਂ ਲੱਗਦਾ ਉਹ ਇੱਕ ਬਾਰ ਲਗਾ ਦੇਣਾ ਚਾਹੀਦਾ ਹੈ ਗੁੱਲਕ, ਜਿਹਦੇ ਅੰਦਰ ਸਾਰੇ ਰੁਮਾਲੇ ਦੇ ਪੈਸੇ ਪਾਉਣੇ ਚਾਹੀਦੇ ਨੇ? ਬਾਬਾ ਰੁਮਾਲੇ ਨਾਲ ਨਹੀਂ ਮਿਲਦਾ ਸਾਡਾ ਸਿੱਖ ਅਗਰ ਭੁੱਖਾ ਹੈਗਾ, ਔਰ ਦੇਖੋ ਕਿੰਨਾ ਉੱਥੇ ਕੈਂਸਰ ਹੈ, ਅਨਐਜੂਕੇਟਿਡ ਨੇ ਲੋਕ, ਵਿਦੇਸ਼ਾਂ ਚ ਭਾਗ ਰਹੇ ਨੇ, ਪੰਜਾਬ ਸਾਡਾ ਖਾਲੀ ਹੋ ਰਿਹਾ। ਸਾਨੂੰ ਨਹੀਂ ਲੱਗਦਾ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ, ਅਸੀਂ ਖਾਲਿਸਤਾਨ ਔਰ ਦੁਨੀਆਂ ਦੀ ਗੱਲਾਂ ਕਰਦੇ ਹਾਂ, ਅਸੀਂ ਪੰਜਾਬ ਨੂੰ ਕਿਸੇ ਬਚਾ ਸਕਦੇ ਹਾਂ? ਜੋ ਗੱਲਾਂ ਕਰ ਰਹੇ ਹੋ ਬਿਲਕੁਲ ਸਹੀ ਨੇ, ਲੇਕਿਨ ਲੋਕਾਂ ਦੀ ਆਪਣੀ ਜਿਹੜੀ ਸ਼ਰਧਾ ਹੈ ਨਾ, ਉਹ ਸ਼ਰਧਾ ਪ੍ਰਗਟ ਕਰਨ ਲਈ ਲੋਕਾਂ ਕੋਲ ਇਹ ਤਰੀਕਾ, ਲੋਕ ਇੰਨੇ ਐਜੂਕੇਟਿਡ ਔਰ ਅਪਡੇਟਿਡ ਨਹੀਂ ਨੇ ਕਿ ਐਸਾ ਬੰਦ ਕਰਕੇ ਉਸ ਪਾਸੇ ਪੈਸਾ ਲਗਾ। ਤੇ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਆਪਣੀ ਸੰਗਤ ਨੂੰ ਜਾਗਰੂਕ ਕਿਸ ਤਰ੍ਹਾਂ ਕਰਾਂਗੇ? ਜਾਗਰੂਕ ਕਰਨਾ ਪਏਗਾ, ਗੁਰਦੁਆਰਿਆਂ ਦੇ ਰਾਹੀਂ ਕਰਨਾ ਪਏਗਾ, ਪ੍ਰੋਪਗੈਂਡਾ ਕਰਨਾ ਪਏਗਾ, ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਪਏਗੀ। ਟਾਈਮ ਲੱਗੇਗਾ, ਲੇਕਿਨ ਸ਼ਰਧਾ ਦੇ ਅੱਗੇ ਕੁਝ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਸੋ ਕਿਉਂ ਬੰਦਾ ਆਖੇ ਜਿੱਤ ਜੰਮੇ ਰਾਜਾਨ, ਤੇ ਕੀ ਅਸੀਂ ਆਪਣੀ ਇਸਤਰੀਆਂ ਨੂੰ ਅੱਗੇ ਸਪੋਰਟ ਕਰ ਰਹੇ ਹਾਂ, ਪ੍ਰਮੋਟ ਕਰ ਰਹੇ ਹਾਂ? ਸਿੱਖਾਂ ਵਿੱਚ ਇਸਤਰੀਆਂ ਨੂੰ ਅੱਛਾ ਦਰਜਾ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਬਾਕੀਆਂ ਨਾਲ ਕੰਪੇਅਰ ਕਰੀਏ ਤੇ ਉਹ ਬੈਟਰ। ਅੱਛਾ, ਤੇ ਆਪਣਾ ਤਰਫੋਂ ਤੁਸੀਂ ਕੀ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ? ਕੁਛ ਐਸਾ ਸੰਦੇਸ਼ ਤੁਸੀਂ ਮਨ ਤੋਂ ਜੋ ਤੁਹਾਡੇ ਨਿਕਲੇ? ਅਵੇਅਰਨੈਸ ਜ਼ਰੂਰੀ ਹੈ। ਅੱਛਾ, ਪੇੜਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੇੜ ਗੁਰੂ ਨਾਨਕ ਦੇਵ ਜੀ ਨੇ ਜੋ ਆਖਿਆ ਸੀ, ਤੇ ਪੇੜਾਂ ਦੇ ਬਾਰੇ ਤੁਸੀਂ ਕੀ ਕਹੋਗੇ? ਅੱਜ ਸਰਕਾਰ ਕਹਿ ਰਹੀ ਹੈ ਪੇੜ ਲਗਾਓ ਬੇਟੀ ਬਚਾਓ, ਪੇੜਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੇੜਾਂ ਦੇ ਬਾਰੇ ਠੀਕ ਹੈ, ਪੇੜ ਲਗਾਉਣੇ ਚਾਹੀਦੇ ਨੇ। ਪੇੜਾਂ ਦੇ ਨਾਲ ਜਿਹੜੀ ਸਾਡੀ ਇੱਥੇ ਦੀ ਵਾਯੂ ਸਾਰੀ ਹੈ ਉਹ ਪਵਿੱਤਰ ਹੁੰਦੀ ਹੈ। ਅਗਰ ਪੇੜ ਨਹੀਂ ਹੋਣਗੇ ਤੇ ਅਸੀਂ ਮਤਲਬ ਸਾਨੂੰ ਜੋ ਆਕਸੀਜਨ ਮਿਲਦੀ ਹੈ ਉਹ ਮਿਲਣੀ ਬੰਦ ਹੋ ਜਾਏਗੀ, ਪ੍ਰਦੂਸ਼ਣ ਜ਼ਿਆਦਾ ਹੋ ਜਾਏਗਾ। ਅੱਛਾ, ਪੇੜ ਲਗਾ ਸਰਕਾਰ ਜੋ ਹੈ ਸਾਡੇ ਗੁਰੂ ਸਾਹਿਬ ਤੇ 550 ਸਾਲ ਪਹਿਲੇ ਤੁਸੀਂ ਕਹਿ ਗਏ ਸੀ ਅੱਜ ਸਰਕਾਰ ਅਵੇਅਰ ਹੋ ਰਹੀ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਸਾਨੂੰ ਜਾਗ ਚੁੱਕੀ ਹੈ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਕਾਫੀ ਅੱਛਾ ਕੰਮ ਹੋ ਰਿਹਾ ਹੈ। ਦਾਸ ਨੂੰ ਤੋਹੀ ਮੋਹੀ ਚੈਨਲ ਨੂੰ ਬੁਲਾਇਆ ਉਹਨਾਂ ਨੇ ਉੱਤਰਾਖੰਡ ਵਾਲਿਆਂ ਨੇ ਕਿ ਤੁਸੀਂ ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦੇ ਉੱਤੇ ਜੋ ਹੈ ਤੁਸੀਂ ਆਪਣੇ ਵਿਚਾਰ ਰੱਖੋ, ਤੇ ਖੈਰ ਦਾਸ ਨਹੀਂ ਜਾ ਸਕਦੀ ਤਾਂ ਮੈਂ ਆਡੀਓ ਔਰ ਵੀਡੀਓ ਰਿਕਾਰਡ ਕਰਕੇ ਪੇਜ ਤੱਕ ਵੀ ਫੰਕਸ਼ਨ ਹੀ ਚਲਾ ਦੋ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹੁਣ ਅਵੇਅਰ ਹੋ ਗਏ ਨੇ ਸਾਡੇ ਕੌਮ ਵਾਸਤੇ? ਅਵੇਅਰ ਹੋ ਗਈ ਹੈ? ਤੁਸੀਂ ਹੁਣ ਕਿਹਾ ਨਾ ਪਹਿਲੇ ਰੁਮਾਲੇ ਵਾਸਤੇ ਬੋਲਿਆ ਨਾ, ਹਾਂਜੀ ਰੁਮਾਲੇ ਵਾਲੇ ਸੰਗਤ ਮੰਦੀ ਨਹੀਂ ਹੈਗੀ,
नारियल चढ़ते बैग दरवाजे तो फिर बाजार बिकते ने। मैं गल गलत कह रही हूँ या सही कह रही हूँ? सही कह रहे हो। अपना करना चाहता है लेकिन तुसी जो कह रहे हो बिल्कुल सही है। उस वे उस पास सारिया ने प्रोपोगंडा करना शुरू कर दिता है लेकिन अजे तक पूरी अवेयरनेस आई नहीं है। टाइम लगेगा। अच्छा तुहानू नहीं लगता असि लोग सिख जड़े सी पहले खालसा राज सी ते सलूट लेंदे सी अज दरबान खड़े होंदे ने सलूट देंदे ने ते कितने कितने आत्मा ते चोट ते लगदी होगी तुहानू? जरूर चोट लगदी है कि गुरु साहब दे साथ सजाए जो है और सिंह असि झुकना किसी जगह सिखे नहीं है। हां पनाई सा झुकना चाहिए। अच्छा अलग चीज हो गई हुण वड्डे वड्डे फाइटर होते बाहर भी तो देखो ते गार्ड जिहड़े होंदे सिख होणगे बहुत बुरा लगता है साड़ी आत्मा नू कष्ट होंदा है। ऐसी साड़ी गुरु के होर कहना चाहूंगा जेड़ा कि असि लंगर लगाने इसलिए लंगर लगाने अच्छे अच्छे लोग खा जाते ने लंगर पैसा करने इस तरह लगता असि गुरुद्वारे जो भाई ने उन्होंने बच्चों के उपर पैसा लगाइए ताकि उन्हें बच्चे पढ़ लिख लैन बच्चे गुरसिखी वाल जान बच्चे एजुकेटेड हो जाए असि अपनी कौम एजुकेशन के हिसाब न बहुत पिछे तो ही मोई चैनल उन्हें पिछले ही महीने जो है भोपाल गया सी ते उत्थे गुरु नानक देव जी दे चरण छोह तो प्राप्त भूमि है उत्थे दास ने देखिया इन्ना अच्छा उन्होंने अपने सेवादार दे वास्ते उन्होंने बहुत अच्छा कार बनाया एजुकेशन इतनी कमाल दी। मैं वर्ल्ड च गई हूं गुरुद्वारे कमाल दा उन्होंने जो है अपने सेवादार वास्ते करदे ने। आप जी बेनती कर रहे हो तो सिख संगत नू अपने सेवादारा दे बारे बोलना चाहिए। ऐसी साडे गुरसिख अपने विचार रख रहे सी साडे नाल तुसी तो ही मोई चैनल ते सी। बहुत बहुत धन्यवाद कीमती समय देने वास्ते। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह।